ਅੱਜ ਦਿਨ ਜੋ ਨਿਯੁਕਤੀਆਂ ਕੀਤੀਆਂ ਗਈਆਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਗੁਰਪ੍ਰੀਤ ਸਿੰਘ ਚੱਬਾ, ਰਾਸ਼ਟਰੀ ਚੇਅਰਮੈਨ ਭਗਵਾਨ ਵਾਲਮੀਕ ਏਕਤਾ ਧਰਮ ਸਮਾਜ ਰਜਿਸਟਰਡ ਭਾਰਤ। ਅਸੀਂ ਅੱਜ ਪਿੰਡ ਚਾਟੀਵਿੰਡ ਵਿਲਸਨ ਸੀ ਅਤੇ ਵਿਲੀਅਮ ਸੀ ਅਤੇ ਰਛਪਾਲ ਸਿੰਘ, ਬੀਬੀ ਕਰਮਜੀਤ ਕੌਰ ਜੀ ਨੂੰ ਦਿਹਾਤੀ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਵਾਲਮੀਕ ਸੰਗਠਨ ਦਲਿਤ ਸਮਾਜ ਨਾਲ ਜੋ ਸਮੇਂ ਦੀਆਂ ਸਰਕਾਰਾਂ ਧੱਕਾ ਕਰਦੀਆਂ ਆ ਰਹੀਆਂ ਨੇ, ਉਹਨਾਂ ਦੀ ਆਵਾਜ਼ ਬੁਲੰਦ ਕਰਨ ਲਈ ਇਹ ਸੰਗਠਨ ਬਣਾਇਆ ਗਿਆ ਹੈ। ਪਿਛਲੇ 7 ਸਾਲ ਤੋਂ ਸੰਗਠਨ ਕੰਮ ਕਰਦਾ ਆ ਰਿਹਾ ਹੈ। ਜੋ ਵੀ ਸੰਗਠਨ ਦੇ ਨਾਲ ਜੁੜਿਆ ਹੈ ਅਸੀਂ ਉਹਨਾਂ ਦੇ ਪਿੱਛੇ ਪੂਰਾ ਆਪਣਾ ਜ਼ੋਰ ਲਾਇਆ ਹੈ ਅਤੇ ਦਲਿਤ ਸਮਾਜ ਨਾਲ ਜੋ ਵੀ ਧੱਕੇਸ਼ਾਹੀ ਹੁੰਦੀ ਆ ਰਹੀ ਹੈ ਅਸੀਂ ਉਸ ਨੂੰ ਨਕੇਲ ਪਾਈ ਹੈ। ਅਤੇ ਅੱਜ ਵਿਲੀਅਮ ਸੀ ਵਿਲਸਨ ਮਸੀਹ ਜੀ ਨੂੰ ਅਸੀਂ ਯੁਵਾ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਨੌਜਵਾਨ ਆਪਣੇ ਦੇਸ਼ ਦਾ ਭਵਿੱਖ ਹਨ ਅਤੇ ਜੋ ਵੀ ਸਿਸਟਮ ਦੀ ਕਾਰਜਕਾਰੀ, ਗੰਦੀ ਕਾਰਜਕਾਰੀ ਚੱਲ ਰਹੀ ਹੈ, ਨੌਜਵਾਨਾਂ ਨੂੰ ਅੱਗੇ ਆਉਣ ਦੀ ਬਹੁਤ ਲੋੜ ਹੈ। ਕਿਉਂਕਿ ਜੋ ਵੀ ਪਿਛਲੇ ਸਮੇਂ ਦੇ ਵਿੱਚ ਸਾਰੇ ਅਨਪੜ੍ਹਤਾ ਹੀ ਚੱਲਦੀ ਆ ਰਹੀ ਹੈ, ਸਰਪੰਚ ਪਿੰਡ ਦਾ ਬਣਦਾ ਹੈ ਉਹ ਵੀ ਅਨਪੜ੍ਹ, ਜੇ ਕੋਈ ਮੈਂਬਰ ਬਣਦਾ ਹੈ ਉਹ ਵੀ ਅਨਪੜ੍ਹ, ਇਸ ਕਰਕੇ ਅਸੀਂ ਯੁਵਾ ਨੂੰ ਜ਼ਿਆਦਾ ਅੱਗੇ ਲੈ ਕੇ ਆ ਰਹੇ ਹਾਂ। ਕਿਉਂਕਿ ਯੁਵਾ ਪੀੜ੍ਹੀ ਜਿਹੜੀ ਹੈ ਪੜ੍ਹੀ ਲਿਖੀ ਹੈ, ਪੜ੍ਹੇ ਲਿਖੇ ਹੋਣ ਕਾਰਨ ਇਹ ਸਰਕਾਰਾਂ ਦੇ ਕੋਲੋਂ ਸਾਬ ਲੈ ਸਕਦੀਆਂ ਨੇ, ਸਰਕਾਰਾਂ ਨੂੰ ਨੱਥ ਪਾ ਸਕਦੀਆਂ ਨੇ। ਅਤੇ ਮੈਂ ਆਸ ਕਰਦਾ ਹਾਂ ਜਿਹੜੇ ਜਥੇਬੰਦੀ ਦੇ ਵਿੱਚ ਅੱਜ ਮੈਂ ਨੁਮਾਇੰਦੇ ਲਗਾ ਕੇ ਜਾ ਰਿਹਾ ਵਾਂ, ਇਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।